अस्सलाम वालेकुम मेंबर, क्या हाल है? ठीक हो? तबीयत ठीक है? ते बिस्मिल्लाह पढ़ दे। आज का मजेदार विलाग करना शुरू। आज सारे घर आए इधर मेहमान, तो मैं मेहमान मिलवावा। आज सारे घर आ मसाद आया वदे। सलाम मसाद, सलाम मसाद, क्या हाल है? ठीक है? अल्हम्दुलिल्लाह, शुक्र है अल्लाह। जान सी चौड़ा सी आपे बुड्ढा वदे, बकेणी विच सफर कराना पेना, टुरदा रह गए। मोटरसाइकिल नहीं आया, टुरदा रह गए मोटरसाइकिल नहीं। चलो मैं मसाद ना बैठा मेरा अलग ना वाला मिल दूं। ਹੋਰ ਤੇ ਜ਼ਮੀਨ ਆਪੇ ਦਰਵਾਣੇ ਤੇ ਮੈਨੂੰ ਤਾਂ ਜਲਦਾ ਤਾਂ ਕੁਰਾੜ ਆਪੇ ਦਾ ਮਾਹੌਲ ਵਗੈਰਾ ਦੇਖਣ ਤੋਂ ਬਿਜਰਾੜ ਸਾਡੇ ਕਿਵੇਂ ਜੀ? ਹੋਰ ਸੇ ਮਸਾਦ ਮੇਰਾ ਮੁਰਸਲ ਉੱਕਰ ਪਈ ਪਏ ਹੁਣ ਪਿਛੜੀ ਠਵਰ ਮੱਲਾ ਮੇ ਡੋੜਦਾ ਵਾ ਤੇ ਜਿਹੜਾ ਜਵਾਨ ਦੀ ਸ਼ਕਲ ਦੇ ਲਾਲਾਂ ਕੇਰੀ ਪੀਲੂ ਮਕਾਈ ਵਗੈਰਾ ਤੇ ਪੀਏ ਡੂਗ ਕਮਾਂਦ ਵਗੈਰਾ ਹੀ ਥਿਆ ਪਵੇ ਡਵੇ ਕਮਾਂਦ ਕੋ ਸੱਚੇ ਸਾਡੇ ਪਾਸੇ ਹੱਥ ਲੱਗ ਚੁੱਕੇ ਹੁਣ ਸਾ ਜਿਹੜਾ ਨਾ ਜੰਗਲ ਵਾਲੀ ਸਾਈਡ ਤੇ ਮੋਟਰ ਨੂੰ ਬਸ ਕਰ ਪਈ ਪਿਉ 140 ਦੀ ਸਪੀਡ ਤੇ ਉਡਰਦਾ ਪਿਆ ਸਾਰਾ ਮੋਟਰਸਾਈਕਲ ਇਹ ਸੀ ਕਮਾਂਦ ਵਗੈਰਾ ਆ ਗਿਆ ਨਾ ਹੁਣ ਅੱਗੋਂ ਅਸਾਂ ਮਸੀਦ ਕਿ ਨਜ਼ਰ ਆਉਣਾ ਅਸਾਂ ਰਸਤਾ ਮੋੜ ਪੈਣਾ ਹੈ ਠੀਕ ਹੈ ਇਹ ਰਸਤਾ ਸੇ ਅਗਲਾ ਰਸਤਾ ਮਸੀਦ ਕਿ ਨਸਾਂ ਮੋੜ ਵੇਸੂ ਰਿਹਾ ਦਿਹਾਤੀ ਹੋਏ ਤੇ ਮਾਲ ਵਗੈਰਾ ਦਿਹਾਤੀ ਬੱਦੀ ਖੜੇ ਨਾ ਆਪਣਾ ਛਾਂ ਤੇ ਜਿਹੜਾ ਨਾ ਇੱਥਾਂ ਕਿਤੇ ਇੱਕ ਛੋਟਾ ਜਿਹਾ ਚੌਕ ਅੰਦੇ ਬਿਲਕੁਲ ਨਿਕਲਾ ਜਿਹਾ ਚੌਕ ਹੀ ਹੈ ਚੰਦ ਦੁਕਾਨਾਂ ਹੈ ਨਹੀਂ ਤਾਂ ਖੈਰ ਅਤੇ ਬਸ ਇਹ ਕੁਝ ਚੰਦ ਦੁਕਾਨਾਂ ਵਗੈਰਾ ਥੋੜ੍ਹਾ ਬਹੁਤਾ ਸਮਾਨ ਵਗੈਰਾ ਵਾਸਤੇ ਵਾਲਿਆਂ ਨੂੰ ਮਿਲ ਪੈਂਦਾ ਉਸੇ ਤੋਂ ਅਤੇ ਇਹ ਵੀ ਸਾਈਡ ਤੋਂ ਜਿਹੜਾ ਨਾ ਬਿਲਕੁਲ ਜਿਹੜਾ ਨਾ ਨਾਲ ਇੱਕ ਮੇਲੇ ਪਤਾ ਨਹੀਂ ਇਹਦਾ ਕਿਆ ਨਾਂ ਹੈ ਬੜੇ ਮਸ਼ਹੂਰ ਮੇਲੇ ਮੈਂ ਕੋਣ ਇਹਦਾ ਨਾਂ ਭੁੱਲਿਆ ਖੜੇ ਬਾਗਰੀ ਠਹਿਰੇ ਇਹ ਵਲਾ ਦਿਹਾ ਜੰਗਲ ਸ਼ੁਰੂ ਹੁਣ ਸਾਰਾ ਮੋਟਰ ਪੂਰਾ ਜੰਗਲ ਦੇ ਵਿੱਚ ਕੜਪ ਸੀ ਵਾ ਸੱਚਾ ਸਰਮ ਸਰਮ ਵਾਲਾ ਸਾਗ ਜਿਹੜਾ ਤਾਂ ਇਹੋ ਹੁੰਦੇ ਪਏ ਉਹਦਾ ਸਾਗ ਰੱਖਣ ਵਾਲੀ ਠਹਿਰੇ ਤਾਜ਼ਾ ਰਹਿੰਦਾ ਖੜੇ ਵੇ ਜਵਾਨ ਸਾਰਾ ਡਰਾਈਵਰ ਸਾਰਾ ਛਿੱਤਾ ਮੋਟਰਸਾਈਕਲ ਉਹ ਖੁਦ ਮੰਡੀ ਪਏ ਬਸ ਜਿਹੜਾ ਹਾਲ ਛਾਲ ਲੱਗੇ ਪਏ ਲੋਕ ਜਿਹੜਾ ਰੜੀ ਰਹਾਵਣ ਕਿਤੇ ਉਹ ਬਿਲਕੁਲ ਤਿਆਰ ਥਿਆ ਖੜੇ ਪਰ ਜਿਵੇਂ ਕਹੀਂ ਦੀ ਜ਼ਮੀਨ ਫਾਰਕ ਥੀ ਨਹੀਂ ਰਲ ਰਹੇ ਨੇ ਮੈਦਾਨ ਇਹ ਇੱਕ ਬਾਜਰੇ ਦੀ ਫਸਲ ਹੈ ਯੱਕਾ ਵਲਾ ਕਮਾਨ ਸ਼ੁਰੂ ਥੀ ਗਏ ਵੇ ਇੱਥਾਂ ਕਰ ਇੱਕ ਚੱਕੀ ਹੋ ਸੀ ਛੋਟੀ ਜਿਹੀ ਚੌਕ ਹੈ ਚੌਕ ਕਿਆ ਨਿਕਲੀ ਜੀ ਬਸ ਕਬੂਤਰਾਂ ਵਾਲਾ ਖੋਖਾ ਵਗੈਰਾ ਲਾ ਤਾ ਕਬੂਤਰ ਵਗੈਰਾ ਇੱਥੇ ਉੱਡ ਰਹੇ ਹਨ ਅਤੇ ਇਨਸ਼ਾਅੱਲਾ ਹੁਣ ਜਿਹੜਾ ਨਾ ਤਾਂ ਕੋ ਦਿਹਾਤ ਦੇ ਵਿੱਚ ਹੁਣ ਆ ਗਈ ਹੁਣ ਤਾਂ ਕੋ ਨਿਕਲਣ ਨੂੰ ਇੱਥੋਂ ਦਾ ਪੂਰਾ ਮਾਹੌਲ ਦੇਖ ਇਹ ਯੱਕਾ ਦੁਬਈ ਜਿਹੜਾ ਘਾਹ ਵਗੈਰਾ ਇੰਪੋਰਟ ਥੀਂਦਾ ਦੁਬਈ ਸਾਊਦੀ ਅਰੇਬੀਆ ਪਤਾ ਨਹੀਂ ਕਿਹੜੇ ਕਿਹੜੇ ਮੁਲਕਾਂ ਦੇ ਵਿੱਚ ਇਹ ਜਿਹੜੇ ਯੱਕੇ ਦਿਹਾਤ ਵਾਲੇ ਕੱਚੇ ਘਰ ਵਗੈਰਾ ਬੜੇ ਕਿਹੜੇ ਨੇ ਚਵੇੜੀ ਦੇ ਸਿਲਹੇ ਮਿਲਿਆ ਨਾ ਮਿੱਟੀ ਇੱਕ ਵੇਥੋਂ ਤਾਂ ਰੱਖਦੇ ਦੀਵਾਰਾਂ ਖੜਿਆ ਕੀਤੀ ਖੜਨ ਇਹ ਸਾਹਮਣੇ ਰੜ ਰਾਦੀ ਪਿਓ ਮਾਸ਼ਾਲਾ ਚੰਗੀ ਰੜ ਥਈ ਪਈ ਹੈ ਅਸਾਂ ਹੁਣ ਜੋ ਕੱਚਾ ਸਾਡਾ ਸਫ਼ਰ ਸ਼ੁਰੂ ਥੀ ਚੁੱਕੇ ਹੁਣ ਅਸਾਂ ਜੋ ਰਹਿਣਾ ਉਹ ਆਪਣੇ ਮੰਜ਼ਿਲ ਦੇ ਮਨ ਤੇ ਵਲਾਜ ਰਹਿਣਾ ਤੋਂ ਕੁ ਡਿਖਲੇ ਸੋ ਲੱਗਦੇ ਇੱਥਾਂ ਕਰ ਅਸਾਂ ਭੁੱਲ ਗਿਆ ਸੇ ਖੜਿਆ ਸੇ ਵਲਾਜ ਰਹਿਣੇ ਤੋਂ ਮੋੜ ਕੱਢੇ ਸੋ ਹੁਣ ਇਹ ਮਹਿਲਾ ਹੈ ਪਿਆ ਅਸਾਂ ਰਸਤਾ ਭੁੱਲ ਗਿਆ ਸੀ ਅਤੇ ਅੱਗੋਂ ਇੱਕ ਸੱਚੇ ਕੱਸੀ ਵੀ ਹੋਈ ਉੱਥੋਂ ਮੋਟਰਸਾਈਕਲ ਟੱਪੇਦਾ ਪਏ ਪਰ ਅੱਜ ਨਾ ਅਸਾਂ ਉਹਦੇ ਰਸਤੇ ਤੋਂ ਵੇਸੋ ਰਸਤਾ ਹੀ ਅਸਾਂ ਭੁੱਲ ਗਿਆ ਸੀ ਬੇਰ ਪਾਸੇ ਪਹਿਲੇ ਵੇਂਦੇ ਪਿਆ ਸੀ ਅਤੇ ਦਿਹਾਤ ਦੇ ਵਿੱਚ ਬਿਲਕੁਲ ਯੱਕਾ ਕੱਚਾ ਸ਼ੁਰੂ ਹੈ ਰੋੜਾਂ ਵਗੈਰਾ ਹੋ ਜਾਂਗਾ ਨਹੀਂ ਠਹਿਰ ਅਸਾਂ ਕਿਵੇਂ ਧੂੜ ਧੂੜ ਥੇ ਵਧੋ ਮੁੱਖ ਦਾ ਪਾਊਡਰ ਲੱਗਾ ਪਿਆ ਸਾਗੋਂ ਹੁਣ ਚ ਰਹਿਣਾ ਇੱਥਾਂ ਕਰ ਮੈਂ ਯੱਕਾ ਹਾ ਇਹ ਯੱਕਾ ਘਾਹ ਹੀ ਘਾਹ ਹੈ ਵੇ ਦੁਬਈ ਵਾਲਾ ਘਾਹ ਦੁਬਈ ਵਾਲਾ ਜਿਹੜਾ ਇੱਕ ਸਾਡੇ ਦਿਨ ਇੱਥਾਂ ਤਾਂ ਅਕਸਰ ਉਹ ਮਸ਼ਹੂਰ ਹੈ ਵੇ ਹਰ ਮੁਲਕ ਇੰਪੋਰਟ ਥੀਂਦੇ ਵੇ ਘਾਹ ਜਿਹੜੇ ਉਹ ਕੱਚੇ ਘਰ ਵਗੈਰਾ 8-10 ਜੁਗੇ ਇਕੱਠੇ ਬਹਿ ਗਏ ਵਲਾ ਕੁਝ ਫਾਸਲੇ ਤੋਂ ਬਾਅਦ ਵਲਾ ਇਵੇਂ 10-15 ਘਰ ਵਲਾ ਇਕੱਠੇ ਤੇ ਗਏ ਬਰਲ ਮਜ਼ਾ ਬਹੁ ਆਉਂਦਾ ਪਿਆ ਦਿਹਾਤ ਦੀ ਜ਼ਿੰਦਗੀ ਜ਼ਬਰਦਸਤ ਗੁਜ਼ਰਦੀ ਹੈ ਉਹ ਬਿਹਤਰੀਨ ਜ਼ਿੰਦਗੀ ਹੈ ਵੇ ਹੁਣ ਟਿੱਬੇ ਹੁਣ ਅਸਾਂ ਆ ਚੁੱਕੇ ਹਾਂ ਸਫ਼ਰ ਕਾਫੀ ਸਾਰਾ ਨਿਬੇੜਾ ਹੀ ਮੇਰੀ ਠਹਿਰੇ ਘਰ ਆਬਾਦੀ ਹੈ ਪਤਾ ਨਹੀਂ ਜ਼ਿਆਦਾ ਨਾ ਗਿਆ ਹੈ ਜਿਹੜਾ ਕੁਝ ਜਿਹੜੀ ਠਹਿਰੇ ਬਲਾਕ ਹੀ ਹਨ ਕੱਚੇ ਤੁਹਾਡੇ ਪਾਸੇ ਪੱਕੇ ਬਲਾਕ ਹੁੰਦੇ ਨੇ ਹੀ ਪਾਸੇ ਨੇ ਕੱਚੇ ਬਲਾਕ ਅਤੇ ਇਹ ਮਾਲ ਵਗੈਰਾ ਖਾਂਦੇ ਵੇ ਜਿਹੜੀ ਠਹਿਰੇ ਜਿਹੜਾ ਲਾਦੇ ਹੋਵੇ ਪਲਾਲ ਇਹ ਚਾਵਲੇ ਵਾਲਾ ਹੈ ਤਲਵਾਂ ਗਾਂ ਜਿਹੜਾ ਹੁੰਦਾ ਪਈ ਤੋਲਾ ਟੋਕਾ ਕਰਦਾ ਮਾਲ ਇਹ ਥੀ ਗਿਆ ਉਹ ਜਿਹੜਾ ਬਾਹਰ ਇੰਪੋਰਟ ਸੀ ਨੇ ਘਾਹ ਉਹ ਇੱਥਾਂ ਕਰ ਬਹੁ ਵੱਡੇ ਰਕਬੇ 'ਤੇ ਇੱਥਾਂ ਫੈਲਿਆ ਹੋਇਆ ਕਿ ਮੁਰੰਬਿਆਂ ਦੇ ਵਿੱਚ ਵੇ ਅਤੇ ਸਾਊਦੀਆ ਤੋਂ ਪਈ ਪਤਾ ਨਹੀਂ ਫੋਟੇ ਇੰਨੇ ਮਤਲਬ ਕਿਹੜੇ ਕਿਹੜੇ ਮੁਲਕ ਵੇਂਦੇ ਇਹ ਘਾਹ ਵੈਲਕਮ ਬੈਕ ਵੀਵਰ ਹੁਣ ਜਿਹੜਾ ਨਾ ਅਸਾਂ ਆਪਣੀ ਜ਼ਮੀਨ 'ਤੇ ਪੁੱਜ ਚੁੱਕੇ ਹਾਂ ਮਾਸ਼ਾਅੱਲਾ ਮਾਸ਼ਾਅੱਲਾ ਜਿਹੜਾ ਅਸਾਂ ਖਰਚਾ ਕਰ ਗਿਆ ਸੀ ਨਾ ਰਲ ਜਿੰਨਾ ਸਜਾਏ ਕੀਤੀ ਪਈ ਹੈ ਅਤੇ ਹੁਣ ਮੈਂ ਤੁਹਾਨੂੰ ਦਿਖ ਲਿਆ ਵਾਂ ਮਾਸ਼ਾਅੱਲਾ ਯਕੀ ਰੜ ਜਾਈ ਵੀ ਮੇਰੀ ਸਾਂ ਅੱਜ ਤਾਂ ਮੇਰਾ ਪਹਿਲਾ ਟੋਟ ਹੈ ਉਹ ਮੇਰਾ ਮਸਾਤ ਵਧੇ ਅਸਾਂ ਦੋਵਾਂ ਮਸਾਤ ਇਕੱਠੇ ਆਏ ਵਧੂ
ਰਾਤ ਚੱਕਰ ਲਾਉਣ ਅਸੀਂ ਪਿਛਲੇ ਸਾਲ ਰਾਦੀ ਹੀ ਸਾਲ ਬੁਲਾ ਰਾਦੀ ਪਏ ਹੁਣ ਮੈਨੂੰ ਦੇ ਦੂੰ ਡਿੱਠੇ ਵੇ ਕਿਤੇ ਕਿਤੇ ਜਲਟ ਰਾਟ ਸਾਰੀ ਨਿਕਲਦੀ ਵਧੀਆ ਦਾਣੇ ਗੁੜੇ ਕੋ ਪਾੜਾਂ ਵਗੈਰਾ ਕੱਢੀ ਪਏ ਅਤੇ ਇਹ ਸਾਡੇ ਮਸਾਦ ਦਾ ਗਾਂ ਨੇ ਵਹੀਂ ਦਾ ਯੱਕਾ ਇਵੇਂ ਉੱਪਰ ਬੰਨੇ ਤਾਂ ਕਿ ਇਵੇਂ ਵਲਾ ਇਡੂਏ ਪਰ ਬੰਨੇ ਕਿ ਨਹੀਂ ਵਲ ਆਓ ਵਲਾ ਇਡੂਈ ਮੈਂ ਕੀ ਕਰਦਾ ਬਰਾਬਰ ਇਹ ਸਾਡੇ ਮਾਮੇ ਦਾ ਗਾਂ ਠੀਕ ਆ ਇਹ ਵੀ ਮਸਲਾ ਯੱਕਾ ਜਾ ਜਾ ਪਏ ਸਾਡੇ ਮਾਮੇ ਦਾ ਗਾਂ ਦੇ ਵਿੱਚ ਜਿਹੜਾ ਨਾ ਫਿਲਹਾਲ ਕੱਛਾ ਕਰੀ ਗਈ ਪਈ ਕਿਉਂ ਆ ਮਾਤਾ ਕਰਨੀ ਇਹ ਵੇ ਗਾਂ ਨੇ ਜਿਹੜਾ ਨਾ ਭੂਕ ਨੋਰ ਤੇ ਥੋੜ੍ਹੀ ਬਹੁਤੀ ਜਿਹੀ ਪੀ ਹੈ ਇਹ ਤੇਰੇ ਡੂ ਗਾਂ ਸੀ ਹਾਲੀ ਮਰ ਸੁੱਤੇ ਨਹੀਂ ਰੀਠੀ ਜੇ ਤੱਕ ਦੇ ਦੇ ਵੀ ਕੱਛਾ ਗਾਣੀ ਜਾਈ ਪਈ ਦਰਬੇ ਜਾਏ ਪੈਣੀ ਡੇ ਟੋਟੇ ਬਟਕੇ ਜਾਏ ਤੇ ਪੈਣ ਜਿਹੜੇ ਕਿਸਮਤ ਦੇ ਟੋਟੇ ਬਟਕੇ ਉਹ ਤੁਹਾਡੇ ਜਾ ਪੈਣ ਮਰਨ ਵਾਲਾ ਸਾਡੀ ਜ਼ਮੀਨ ਤੇ ਯਕੀ ਠੀਕ ਹੈ ਨਾ ਰੜ ਛੜ ਮਸ਼ਲਾ ਜਿਹੀ ਪੀਏ ਇਹਦਾ ਕੋਠੀ ਦੇ ਅੱਗੋਂ ਲੱਗਾ ਨਾ ਮਸ਼ਲਾ ਇਹ ਤਾਂ ਯੱਕਾ ਚੰਗਾ ਥਿਆ ਪਏ ਇਹਦੇ ਨਾਲ ਵਾਲੇ ਬੈਠਾ ਹੀ ਪੀਏ ਅਤੇ ਕੋਈ ਸੇਕ ਵਗੈਰਾ ਖਾਣੀ ਪਾਣੀ ਵਗੈਰਾ ਰਾਣੀ ਕੋਈ ਲਹਿਸੂੰ ਤਾਂ ਉਭਰ ਸਨ ਅਤੇ ਨਾਲ ਹਮ ਸਾਇਦ ਵੀ ਤਾਂ ਮਸ਼ਲਾ ਚੰਗੀ ਰੜ ਜਾਈ ਪੀਏ ਹੁਣ ਅਸਾਂ ਆਪਣੀ ਜ਼ਮੀਨ ਜੇ ਚੱਕਰ ਵਗੈਰਾ ਲਾ ਅਤੇ ਨਾ ਹੁਣ ਅਸਾਂ ਜਿਹੜਾ ਨਾ ਵਾਪਸੀ ਘਰ ਤੋਂ ਰਵਾਨਾ ਥੇ ਮੈਨੂੰ ਇਹ ਹੁਣ ਮੈਂ ਵੀਡੀਓ ਬਣਾਉਂਦਾ ਮੈਂ ਹੁਣ ਇੱਥੋਂ ਤੋਂ ਘੁੰਮਾਂ ਜਿਹੜਾ ਨਾ ਬਾਏ ਤੇ ਵੀਡੀਓ ਡਿੱਗ ਲੈਂਦਾ ਰਲਦੀ ਗਰੋਥ ਚੈੱਕ ਕਰੋ ਪਾਣੀ ਵਗੈਰਾ ਲੈਸੋ ਇਨਸ਼ਾਅੱਲਾ ਯਕੀ ਬਰਹਾਲ ਜਾਓ ਸੀ ਮੇਰੇ ਕੋਲ ਡੈਡ ਦੀ ਸੀ ਅਤੇ ਹੁਣ ਸਰ ਰਵਾਨਾ ਥੇ ਮੈਨੂੰ ਘਰ ਤੋਂ ਰੇਟੇ ਵੇ ਖਾ ਜੰਗ ਠਾਬਣੀ ਲੱਜ ਵੇ ਕੰਟੇਨਰ ਆਏ ਖੜਨ ਇਹਦੇ 'ਚ ਪੈਕ ਤੀ ਅਤੇ ਗਾਹ ਵੇ ਸੀ ਸ਼ਿਪੇ ਨਜ਼ਰੀਏ ਬਾਹਰਲੇ ਮੁਲਕ ਅਤੇ ਯੱਕਾ ਗਾਹ ਟਰਾਲੀ ਦੇ ਟੰਗਿਆ ਖੜੇ ਪਏ ਟਰੈਕਟਰ ਟਰਾਲੀਆਂ ਦਾ ਸਾਰੇ ਪਾਸੇ ਦਾ ਹਾਲੀ ਤੱਕ ਉੱਠੇ ਗਏ ਜ਼ਮੀਨ ਤੋਂ ਸਾਨੂੰ ਵਾਪਸੀ ਵੱਲ ਤਾਂ ਮੈਂ ਤੁਹਾਨੂੰ ਘਰ ਹੁਣ ਰਸਤੇ ਜਾ ਕੇ ਕੋਈ ਜਾ ਕੇ ਤਾਂ ਮਿੱਟੋਂ ਤਾਂ ਦੂਰ ਵੀ ਕੀਤਾ ਬਹੁਤ ਜ਼ਿਆਦਾ ਹੈ ਅਤੇ ਕੀ ਗੱਲ ਉਹ ਕਿਸ ਕਹਿੰਦੇ ਵੀ ਉਹ ਡਰ ਕਿਉਂਕਿ ਮਸਾਜ ਮੇਰਾ ਗਾਣੇ ਲੈਂਦਾ ਪਿਆ ਹੁਣ ਮੈਂ ਬਰਾਤ ਨਾਲ ਬੰਦਾ ਸਾਹਿਬ ਅਤੇ ਮਿਸਤਰੀ ਉੱਪਰ ਨਾ ਹੋਇਆ ਮਿਸਤਰੀ ਤੱਕ ਮੈਂ ਬਰਾਤ ਨਿਕਲੇ ਤਾਂ ਦੂੜਾ ਦੂੜਦਾ ਹੈ ਵੱਦੋਂ ਆਰਾਮ ਆਰਾਮ ਨਾਲ ਮੈਂ ਮਾਰਿਆ ਪਾਲਾ ਵੀ ਜਾਣਾ ਕਾਂਕਰੀ ਚਲਦੀ ਗਾਣੇ ਐਡੀਟਰ ਬਰਾਤ ਨਹੀਂ ਨਹੀਂ ਪੀਏ ਬੱਸਾਂ ਕਰਵਾਈ ਉਹਦੇ ਮਿਸਤਰੀ ਗੈਰਤ ਪਕੜੀ ਉਹਦੇ ਪਾਲਾ ਪਾਲਾ ਤੂੰ ਮਾਇਆ ਕਰਾਂ ਦਾ ਦਬੋਏ ਮੈਂ ਓਏ ਹਾਥੀ ਕਰ ਹਾਥੀ ਕਰ ਆਏ ਬਸ ਰਿਟੇ ਵੇ ਜੇ ਕਿ ਬਰਾਤ ਨਾਲ ਆਏ ਵਦਨ ਪਰ ਨਾ ਵਣ ਆਏ ਵਦੋਂ ਮਿਸਤਰੀ ਆਇਆ ਤੇਰਾ ਧੂਆਂ ਨਿਕਲ ਗਏ ਪੱਥੇ ਲਈ ਸੱਤੀ ਮੈਨੂੰ ਵੈਲਕਮ ਬੈਕ ਵੀਵਰ ਸਾਰੇ ਨਹੀਂ ਹੋਰ ਮੋਟਰਸਾਈਕਲ ਭਜਾ 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 ਅਤੇ ਪਹਿਲੇ ਗਿਆ ਜ਼ਮੀਨ 'ਤੇ ਮਸਾ 'ਤੇ ਉਹਦਾ ਨਾਲ ਫਲਾ ਹੈ ਕਿ ਸ਼ਾਮ ਕੋਈ ਸ਼ਾਦੀ ਉਹ ਨਹੀਂ ਗਿਆ ਸ਼ਾਦੀ ਦੇ ਤਗਜ ਪਿਲਾ ਹੋ ਗਿਆ ਉਸ ਦੇ ਗੋਡ ਦੀ ਵੀਡੀਓ ਬੜਾ ਕਹਿੰਦਾ ਸੀ ਗਿਆ ਅਸਲ ਮਸਰੂਫ ਆ ਗੋਡ ਚ ਲੇਡੀਸ ਵਾਲੇ ਪਾਸੇ ਗਿਆ ਹਾਂ ਪਿਆ ਵਾਪਸ ਸ਼ਹਿਰ ਦੇ ਕੋਈ ਕੰਮ ਕਰ ਹਨ ਉਹ ਕਿਤੇ ਨਹੀਂ ਵਧਾ ਹੁਣ ਤਾਂ ਇਹ ਬਿਨਾਂ ਮੁੰਡੀ ਵੀਰਾ ਹੋਣੀ ਨਾਲ ਇਹ ਸਭ ਵੀਰਾ ਚੁੱਲ੍ਹ ਦੇ ਇਕੱਠੇ ਥੇ ਬੈਠੋ ਹੈ ਕਿ ਇੱਕ ਉੱਪਰ ਫੋਨ ਤਾਂ ਲਗਾ ਪਈ ਇਹਨੂੰ ਭਾ ਸਾਰੀ ਬਲਦੀ ਪਈ ਤੇ ਇਹਨੂੰ ਮੈਂ ਆਪ ਖੱਟਾ ਦਲਾ ਥਾ ਮੈਂ ਚਾਹ ਦਾ ਪੈਰਾ ਨਹੀਂ ਤੈਨੂੰ ਉਹ ਸਟਕੀ ਪਿਆ ਕੁੜੇ ਵੇਖੇ ਜਿਹੜਾ ਅੱਗੇ ਲੜਨ ਨੂੰ ਮਾਰ ਦੇ ਦੇਣਾ ਠੀਕ ਹੈ ਆਪੋ ਠੀਕ ਕੱਲ ਵੀ ਲੋਗ ਅਪਲੋਡ ਹੀ ਕਰਾਂਗੇ ਤਾਂ ਠੀਕ ਹੈ ਨਹੀਂ ਤੇ ਉਮੀਦ ਹੈ ਜਿਹੜਾ ਨਾ ਤੁਹਾਨੂੰ ਅੱਜ ਦਾ ਸਾਡਾ ਵਲੌਗ ਚੰਗਾ ਲੱਗਾ ਹੋਵੇ ਚੰਗਾ ਲੱਗੇ ਤਾਂ ਜ਼ਰੂਰ ਸਾਡੇ ਚੈਨਲ ਨੂੰ ਜਿਹੜਾ ਨਾ ਸਬਸਕ੍ਰਾਈਬ ਵਗੈਰਾ ਕਰੋ ਲੂਲਾ ਕੇ ਆਪੇ ਇਨਸ਼ਾਅੱਲਾ ਨਵਾਂ ਵਲੌਗ ਮਿਲਦਾ ਠੀਕ ਹੈ ਅੱਲਾਹ ਦਾ ਸ਼ੁਕਰ ਹੈ।